ਤੁਹਾਡੇ ਸਿਰ ਤੇ ਆ ਬਾਅਦ ਤੇ ਲੋਕੀ ਸਾਨੂੰ ਹਾਸ਼ਮੀ ਸਾਹਿਬ ਕਹਿੰਦੇ ਬਕਵਾਸ ਨਾ ਕਰ ਬਕਵਾਸ ਕੀ ਕੀ ਕਹਿੰਦੇ ਤਮੀਜ਼ ਨਾਲ ਕਿਉਂ ਅੰਮੀ ਮੇਰੀ ਨੂੰ ਤੂੰ ਅਬੂ ਹੈ ਉਸ ਨੇ ਆਪਣੀ ਅੰਮੀ ਕੋਲੋਂ ਹੈਗੀ ਦੀ ਉਹ ਵੀ ਫੇਟ ਤੇ ਓਏ ਜਨਾਬ ਆ ਰਹੀ ਹੈ ਤੈਨੂੰ ਲੱਗਦਾ ਬਾਹਰ ਕੱਢ ਕੇ ਆਪ ਢੁੰਡੀ ਕਰਨ ਲੱਗ ਪੈਂਦੇ ਹੋ ਇੱਥੇ ਐ ਗੋਲ ਤੋਂ ਪਿਆਲਾ ਤੁੰਡਾ ਗੋਲ ਤੋਂ ਪਿਆਲਾ ਇੱਥੇ ਕੁੜੀਆਂ ਨੇ ਜਾ ਰਿਹਾ ਸੀ ਓਏ ਮੁਜਰਾ ਨਹੀਂ ਸੀ ਇਹ ਤਾਂ ਵੀਡੀਓ ਗੇਮ ਸੀ ਕੀ ਹੋ ਗਿਆ ਤੈਨੂੰ ਕਿੱਡੀਆਂ-ਕਿੱਡੀਆਂ ਤਿਤਲੀ ਅਰਗੀਆਂ ਕੁੜੀਆਂ ਰੱਖੀਆਂ ਹਾਂ ਅੱਜ ਤੱਕ ਕੋਈ ਇੱਥੇ ਪਾਰਟੀ ਕਰਕੇ ਲਿਆ ਸਕੀ ਹੈ ਮੈਂ ਇੱਕ ਪੈਂਡੂ ਲੈ ਕੇ ਆ ਕਿੰਨੇ ਰੁਪਏ ਨੇ ਉਹਦੇ ਕੋਲ ਉਹ ਨਹੀਂ ਯਾਰ ਹਾਂ ਆ ਬਾਈ ਕਹਿੰਦਾ ਲੱਡ ਟੁੱਟੀ ਅਸਲਾਮ ਅਲੈਕੁਮ ਜਨਾਬ ਅਸ਼ਾ ਦਾਦਾ ਆ ਬਾਈ ਜੀ ਕਿੱਥੇ ਰੱਖਣੇ ਨੇ ਰੱਖਣੇ ਨਹੀਂ ਮੈਨੂੰ ਦਿਓ ਮੈਂ ਜਮਾ ਕਰਾਵਾਂ ਤੂੰ ਮੈਨੂੰ ਬੈਨ ਦਿੱਤੀ ਲਾ ਜਾਨ ਨਾ ਪਹਿਚਾਨ ਤੇ ਮੈਨੂੰ ਦਿਓ ਰ ਮੈਨੂੰ ਬੜਾਓ ਉਹ ਪੁਰਾਣੀਆਂ ਫਿਲਮਾਂ ਚ ਤਿੰਨ ਤਿੰਨ ਵਾਰੀ ਮਰਨ ਵਾਲੇ ਆ ਇਹ ਕੋ ਜੋਗਤ ਨਹੀਂ ਡਾਇਰੈਕਟਰ ਦੀ ਕਮਜ਼ੋਰੀ ਹੈ ਮੇਰਾ ਕੀ ਕਸੂਰ ਹੈ ਤੈਨੂੰ ਲੈ ਕੇ ਕੌਣ ਆਇਆ ਇਹ ਜਨਾਬ ਲੈ ਕੇ ਆਏ ਨੇ ਤੇ ਮੇਰੇ ਨਾਲ ਰੁਜੂ ਕਰ ਕਿਸੇ ਵੈਸ਼ੀ ਮਾਂ ਦੇ ਆ ਬੱਚੇ ਆ ਇਹ ਵੈਸ਼ੀ ਹੋਣਾ ਕੋ ਜੁਗਤ ਨਹੀਂ ਅੱਬੇ ਦੀ ਫੀਮ ਅਮੀ ਖਾ ਬੈਠੀ ਮੇਰਾ ਦਿਮਾਗ ਡੋਰ ਪੋਰਾ ਜਾ ਹੋ ਗਿਆ ਉਹ ਜਾ ਕੰਮ ਕਰ ਜਾ ਐਵੇਂ ਨਾ ਗੈਰਤ ਵਾਲੇ ਬੰਦੇ ਜੀ ਦੂਰੇ ਪਹਿਚਾਨੇ ਜਾਂਦੇ ਸਰ ਥੈਂਕ ਯੂ ਇਹ ਵੇਟਣੀ ਜੇ ਚੱਲ ਨਗਦ ਮੰਡੀ ਮੈਂ ਤੇਰੇ ਮੂੰਹ ਦਾ ਥੱਪੜ ਮਾਰਦਾ ਬੇਗੈਰਤ ਆਦਮੀ ਕੰਜੇ ਸੰਗੇ ਸਾਨੂੰ ਜ਼ਲੀਲ ਦੇ ਆ ਬੱਚਿਆ ਮੁੱਲਵਾਨ ਆਇਆ ਓਏ ਵਾਹ ਜੀ ਵਾਹ ਸ਼ਾਇਦ ਤੁਸੀਂ ਮੁੱਲ ਲਾਉਂਦੇ ਹੋ ਪਿੰਡ ਅਸੀਂ ਮੱਝ ਲਾਉਂਦੇ ਹਾਂ ਉਹਦੇ ਜੋ ਕੱਢੀ ਘਟਾ ਹੋ ਜਾਂਦਾ ਇਹਦੇ ਕੁਝ ਭੁੱਲਦਾ ਕਿ ਨਹੀਂ ਹੁੰਦਾ ਨਹੀਂ ਇਹ ਜੇ ਸਿਰਫ ਵਿੰਡੋ ਸ਼ਾਪਿੰਗ ਅੱਛਾ ਬਾਈ ਜੀ ਤੁਹਾਡੀ ਉਮਰ ਕਿੰਨੀ ਹੋ ਗਈ 40 ਸਾਲ ਤੇ ਸਰਵਿਸ 20 ਸਾਲ ਉੱਤੇ ਹੱਥ ਨਹੀਂ ਰੱਖੀਦਾ ਇਹ ਇੱਥੋਂ ਕਰਕੇ ਫੜੀਦਾ ਇੱਥੋਂ ਕਰਕੇ ਪਤਾ ਕੀ ਗੱਲ ਉੱਤੇ ਹੱਥ ਰੱਖਿਆ ਹੋਵੇ ਨਾ ਤੇ ਫੈਰ ਨਿਕਲਣ ਵਾਸਤੇ ਫਿਰ ਜਗ੍ਹਾ ਨਹੀਂ ਲੱਭਦੀ ਫਿਰ ਜਿਹੜਾ ਫੈਰ ਨਾ ਦਤੀਰੀਆਂ ਬਣ ਕੇ ਇੱਧਰ ਉੱਧਰ ਨਿਕਲਦਾ ਹੀ ਕਰਕੇ ਲਿਕਵਿਡ ਗੋਲੀਆਂ ਨੇ ਲਿਕਵਿਡ ਗੋਲੀਆਂ ਬੰਦਾ ਫਿਰ ਇਹ ਕਰਦਾ ਯਾਰ ਫਾਇਰ ਹੀ ਚੱਲ ਗਿਆ ਹੱਥ ਦੇ ਵਿੱਚ ਬਿਲਕੁਲ ਆ ਬਾਈ ਜੀ ਕਿੱਥੇ ਰੱਖਣਾ ਹੈ ਜੀ ਜੀ ਇਹ ਪੈਸਾ ਤੁਹਾਡਾ ਆ ਥੋੜਾ ਜਿਹਾ ਲਵਾਓ ਜ਼ਰਾ ਇਹਦੇ ਪੈਸੇ ਕਿ ਬੁੱਢੀ ਵੱਢ ਕੇ ਲਿਆਂਦੀ ਇਹ ਬੁੱਢੀ ਵੱਢਣਾ ਕੋਈ ਜੁਗਤ ਨਹੀਂ ਗੈਰਤ ਦੀ ਗੱਲ ਹੁੰਦੀ ਹੈ ਉੱਤੇ ਨਹੀਂ ਇੱਥੋਂ 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 ਅਸਲਾਮ ਅਲੈਕੁਮ ਉਹ ਤੇਰੀ ਭੈਣ ਨੂੰ ਖੋਤੀ ਦੀ ਹੈ ਪੁੱਤਰੇ ਕੀ ਹੋਈ ਮੇਰਾ ਵਜ਼ੂ ਤੋੜਤਾ ਹੀ ਆਪਣੀ ਭੈਣ ਦੀ ਬਾਹ ਫੜਾਏ ਨਾ ਮੈਂ ਉਹਨੂੰ ਛੱਡਣਾ ਹੀ ਉਦੋਂ ਜਦੋਂ ਬਤਕ ਜੀ ਹੋ ਗਈ ਇਹ ਜੁਗਾ ਤੈਨੂੰ ਕਹਿੰਦੇ ਨੇ ਸੋਜਾ ਪੈਣੀਆਂ ਏਡਾ ਕਿਤੇ ਯਾਰ ਕਾਕਾ ਮੈਂ ਤੈਨੂੰ ਨਾ ਇੱਥੇ ਗਾਨੀ ਬਣਾ ਕੇ ਨਾ ਕਿ ਤੈਨੂੰ ਗਾਨੀ ਨਾਲ ਗਾਨੀ ਦੀ ਚੁਬਣਾ ਮੈਂ ਤੇ ਪਤਾ ਲੱਗੇ ਆਇਆ ਕਰਕੇ ਨਾ ਬਗੈਰ ਤੱਕ ਉੱਤਰ ਅੱਛਾ ਮੇਰੀ ਯਾਰ ਨੂੰ ਆਪਣੀ ਆਪਣੀ ਭੈਣ ਨੂੰ ਸਮਝਾਓ ਯਾਰ ਕਿਹੜੀ ਭੈਣ ਓਏ ਆ ਪੁੱਤਰ ਇਹ ਨਹੀਂ ਕਰੀਦਾ ਖੈਰ ਬੰਦੇ ਨੂੰ ਆ ਤੂੰ ਮੈਨੂੰ ਇੰਜ ਹੱਥ ਰੱਖਿਆ ਨਾ ਤੇ ਮੇਰੇ ਆ ਸਾਰੇ ਲੂਲੂ ਕੰਡੇ ਖੜੇ ਹੋ ਗਏ ਨੇ ਓਏ ਹੋਏ ਹੋਏ ਓਏ ਬੇਖੈਰ ਇਹ ਕਿੱਥੇ ਲਿਖੇ ਲੂਲੂ ਕੰਡੇ ਓ ਯਾਰ ਪਤਾ ਨਹੀਂ ਤੁਸੀਂ ਕਿਹੜੇ ਖੋਤੀ ਸਕੂਲੇ ਪੜੇ ਹੋ ਮੈਂ ਯੂਨੀਵਰਸਿਟੀ ਯੂਨੀਵਰਸਿਟੀ ਤੋਂ ਐਮਏ ਕੀਤਾ ਜੀ ਜੀ ਆ ਜਿਹੜੇ ਕਾਲੇ ਕਾਲੇ ਨਾ ਕੰਡੇ ਨੇ ਇਹ ਨੈਟਾਂ ਜਿਹੇ ਵੇਖੀ ਜਿਹੜੇ ਪਰੌਣ ਪਰੌਣ ਨੇ ਨਾ ਇਹ ਕਹਿੰਦੇ ਲੂਲੂ ਇਕੱਠੇ ਹੋ ਗਏ ਲੂਲੂ ਕੰਡੇ ਹਾਂ ਔਰ ਇਹਨਾਂ ਦੇ ਪੂਰੀ ਫੈਮਿਲੀ ਦੇ ਲੂਲੂ ਕੰਡੇ ਖਵਾਉਂਦੇ ਨੇ ਅੱਛਾ ਜੀ ਇਹ ਜੁਗਤ ਨਹੀਂ ਉਹ ਸੈਕਸੀ ਔਰਤਾਂ ਨੇ ਪਰ ਨਹੀਂ ਯਾਰ ਸਰਸਰਾਹਟ ਹੁੰਦੀ ਏ ਅੱਛਾ ਓਕੇ ਉਹਦੇ ਨਾਲ ਕੋਲ ਪੈਰ ਅੱਛਾ ਤੇ ਇਸ ਮੇ ਪੈਰ ਦੀ ਵਾ ਖਿੱਚਣਾ ਚਾਹਨੀ ਹੈ ਹੈ ਅੱਛਾ ਜੀ ਇਹ ਚ ਕਿੰਨਾ ਬਾਸਮਤੀ ਕੈਸ਼ ਹੈ ਇਹਦੇ ਜੀ ਇਹਨਾਂ ਕੋ ਰੁਪਈਆ ਕਿ ਤੁਹਾਡੀ ਸੋਚ ਹੋਣੀ ਹੈ ਅੱਛਾ ਇਹ ਯਾਰ ਕਾਕਾ ਨਾ ਘਬਰਾ ਪੈਂਦਾ ਉੱਤੇ ਨਾ ਹੱਥ ਰੱਖ ਕਰੀ ਗਿਆ ਗੱਲਾਂ ਤੋਂ ਚੱਲ ਆਹ ਤੂੰ ਵੀ ਫੜ ਤੇਰੀ ਕਰੇ ਬਾਹ ਸੁੱਤੀ ਆ ਮੈਂ ਗਾਲ ਨਹੀਂ ਯਾਰ ਅੱਛਾ ਜੀ ਇਹ ਕਾਊਂਟ ਨੰਬਰ ਕੀ ਹੈ ਤੁਹਾਡਾ ਉਹ ਕੀ ਹੁੰਦਾ ਹੈ ਜਿੱਤੇ ਪੈਸਾ ਜਮਾ ਕਰਾਉਣਾ ਜੀ ਉਹ ਤੇ ਕੋਈ ਨਹੀਂ ਖੁੱਲਿਆ ਤੇ ਪੈਸੇ ਮਾਂ ਦੀ ਗੁੱਥਲੀ 'ਚ ਜਮਾ ਕਰਾਉਣੇ ਆ ਐਡੀ ਕੋ ਗੁੱਥਲੀ ਇੰਨੀ ਮੱਡੀ ਆਉਂਦੀ ਵਿੱਚ ਬਾ ਤਮੀਜ਼ ਆਦਮੀ ਨਾ ਆਵੇ ਤੇ ਸ਼ਨਾਤੀ ਕਾਰਡ ਬਣੀ ਹੈ ਹਾਂ ਉਹ ਕੀ ਹੁੰਦਾ ਸ਼ਨਾਤੀ ਕਾਰਡ ਜਦੋਂ ਤੋਂ ਕੋਈ ਕੋਈ ਉਦੋਂ ਜਦੋਂ ਅੱਛਾ 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 ਉਹ ਬਣਿਆ ਉਹ ਦੇ ਉਹਨੂੰ ਤੇਰਾ ਅਕਾਊਂਟ ਖੋਲੇ ਅੱਛਾ ਜੀ ਉਹ ਖੋਲ ਦੇ ਤੁਸੀਂ ਤੇ ਇਹਨੂੰ ਜਮਾ ਕਰ ਲਓ ਅੱਛਾ ਮੈਂ ਪੈਸੇ ਆਏ ਕਹਾਂ ਸੇ ਇਤਨੇ ਪੈਸੇ ਅਸੀਂ ਜੀ 15 ਜੀ ਹਾਂ ਮਾਸ਼ਾਅੱਲਾ ਮਾਸ਼ਾਅੱਲਾ ਸਾਰੇ ਬਹਿਣਾ ਭਰਾ ਅਬੂ ਪਾ ਕੇ ਅੰਮੀ ਪਾ ਕੇ ਤਕਰੀਬਨ 17 ਬੰਦੇ ਬਣਦੇ ਆ ਹਾਂ ਜੀ ਗੈਰਤਮੰਦ ਲੋਕ ਅਸੀਂ ਐਨ ਕਿ ਸਾਰੇ ਰਲ ਕੇ ਨਾ ਸਰਕਾਰ ਤੇ ਫਤਰਾਨਾ ਮੰਗਿਆ ਓਏ ਆਉਂ ਤੇ ਲਿਖਿਆ ਵੀ ਹੈਗਾ ਸਦਕਾ ਜਾਰੀਆ ਤੇ 5-5000 ਦੇ ਨੋਟ ਨੇ 5000 ਦਾ ਨਾਮ ਮੇਰੇ ਸਾਹਮਣੇ ਨਹੀਂ ਲੈਣਾ ਵਜਾ ਇਸ 5000 ਦੇ ਨੋਟ ਦੀ ਵਜ੍ਹਾ ਤੋਂ ਮੇਰੇ ਸੱਕੇ ਦੋ ਕਦਰ ਫੌਤ ਹੋ ਗਏ ਉਹ ਕਿਵੇਂ
ਵੱਡੇ ਦਾ ਖਰੀਦ ਗਿਆ ਯਾਨੀ ਕਿ ਗਵਾਚ ਗਿਆ। ਅੱਛਾ, ਦੂਜੇ ਨੂੰ ਲੱਭ ਗਿਆ ਉਹ ਖੁਸ਼ੀ ਨਾਲ ਮਰ ਗਿਆ। ਉਹ ਦੋ ਜਨਾਜ਼ੇ, ਦੋ ਜਨਾਜ਼ੇ, ਇੱਕ ਜਨਾਜ਼ੇ ਵਾਲੇ ਹੱਸ ਰਹੇ, ਇੱਕ ਰੋ ਰਹੇ। ਹਾਂਜੀ, ਰੋ ਰਹੇ ਨੇ। ਇੱਥੋਂ ਕਰਕੇ, ਇੱਥੋਂ ਕਰਕੇ। ਅੱਛਾ ਜੀ, ਇਹ ਚ ਹੁਣ ਕੀ ਹੈ? ਇਹਦੇ ਚ ਵੱਡੇ ਨੋਟ ਨਹੀਂ ਜੀ ਹੈ। ਹਾਂ, ਇਹਦੇ ਚ ਮਹਿੰਗੀ ਕਰੰਸੀ ਹੈ, ਠੀਪੇ। ਉਹ ਲੋਇਆ ਯਾਨ ਰਾ, ਓਏ ਕਿਹੜਾ ਲੋਇਆ? ਉਹ ਐਸਾ ਬਿੱਲੀ ਛੱਡਣਾ ਇਹਨੇ, ਸਾਰੀ ਜ਼ਿੰਦਗੀ ਨਹੀਂ ਫੜੀ ਗਈ ਮੇਰੇ ਕੋਲੋਂ। ਅੱਛਾ, ਤੁਸੀਂ ਇੱਥੇ ਕਿਵੇਂ? ਮੈਂ ਬੈਂਕ ਮੈਨੇਜਰ। ਅੱਲਾ ਪਾਕ ਦਾ ਮੌਜ਼ਾ ਆਈ। ਅੱਛਾ ਜੀ, 1971 ਜੇ ਬਾਂਦਰ ਸੀ, ਇਨਸਾਨ ਹੁਣ ਬਣਿਆ। ਤੁਹਾਡੀ ਇਤਲਾਹ ਲਈ ਅਰਜ਼ ਹੈ, 1971 ਚ ਮੈਂ ਪੈਦਾ ਹੀ ਸੀ ਹੋਇਆ। ਭਾਈ ਨਵਾਜ਼ ਅੰਜਮ, ਜਿਹੜਾ ਮੇਰਾ ਪੜਨਾਨਾ ਨਾ, ਉਹਦੇ ਸਹੁਰੇ ਨੇ ਤੇਰੇ ਡਰਾਮੇ ਵੇਖੇ। ਜਿੱਡਾ ਪੁਰਾਣਾ ਤੂੰ, ਏਡਾ ਪੁਰਾਣਾ ਹੈ, ਲਫ਼ਜ਼ ਪੁਰਾਣਾ ਇਹਨੂੰ ਵੇਖ ਕੇ ਲਿਖੇ। ਹਾਂਜੀ, ਇਹ ਅਜ਼ਾਨਾਂ ਤਾਂ ਅਸਾਦਾਂ ਹੁੰਦੀਆਂ ਸਨ ਅਜ਼ਾਨਾਂ। ਇਹਨੇ ਅਜ਼ਾਨਾਂ ਤੋਂ ਪਹਿਲੇ ਰਿਵਾਜ਼ ਪਾਇਆ ਵੀ ਕਰਿਆ ਕਰੋ। ਏਡਾ ਪੁਰਾਣਾ ਹੀ ਕੁੱਤੇ ਸਾਦਾ ਫੌਂਕਦੇ ਸਨ, ਰੋ ਰੋ। ਇਹਨੇ ਕਿਹਾ ਬਾਅਦ 'ਚ ਵੀ ਕਿਆ ਕਰੋ। ਏਡਾ ਪੁਰਾਣਾ ਹੀ ਨੁੱਕਰਾਂ 'ਚ ਮੱਕੜੀਆਂ ਨੂੰ ਜਾਲੇ ਲਾਉਣ ਦਾ ਤਰੀਕਾ ਇਹਨੇ ਦੱਸਿਆ। ਏਡਾ ਪੁਰਾਣਾ ਹੀ, ਏਡਾ ਪੁਰਾਣਾ ਹੀ, ਉਦੋਂ ਔਰਤਾਂ ਸਾਦਾ ਬੱਚੇ ਜੰਮਦੀਆਂ ਸਨ, ਤਾਈਆਂ ਦਾ ਰਿਵਾਜ਼ ਇਹਨੇ ਪਾਇਆ। ਖੋਤੀ ਨੂੰ ਪੁੱਛਣ ਲੱਗੀ ਸੀ ਵਿੱਚ, ਇਹਨੇ ਨਾ ਉਹਦੇ ਮੋਟਰ ਲਾਤੀ, ਕਹਿੰਦਾ ਬਾਜੀ ਇੰਨੀ ਕਰਿਆ ਕਰ, ਮੱਖੀਆਂ ਨਹੀਂ ਬਹਿਣਗੀਆਂ। ਏਡਾ ਪੁਰਾਣਾ, ਏਡਾ ਪੁਰਾਣਾ ਹੀ ਹੈ। ਇਹ ਨੋਟ ਪੁਰਾਣੇ ਨੇ, ਨਵੇਂ ਨੇ? ਨਵੇਂ ਨੇ। ਠੀਪੇ ਭਾਜੀ, ਮੈਂ ਜਾਵਾਂ? ਕਿੱਥੇ ਜਾਣਾ? ਡਾਕਾ ਡੁਕਾ ਦੇਣਾ ਪੈਂਦਾ। ਉਹ ਡਾਕਾ ਮੇਰੇ ਹੁੰਦੇ ਆ, ਪੈਸਾ ਕਿੱਥੇ? ਦਾਦਾ ਮੈਂ ਜਾਵਾਂ? ਅੱਛਾ ਜੀ, ਇਹ ਤੇ ਪੈਸੇ ਜਮਾ ਕਰਾਣੇ, ਮੈਂ ਜਾਵਾਂ ਜਾਵਾਂ। ਕੀ ਰੱਟ ਲਾਈ ਏ? ਆਪਣ ਇੰਨੀ ਪੇਮੈਂਟ ਨਹੀਂ ਜਿੰਨੀ ਵਾਰੀ ਤੂੰ ਘਰ ਬੈਠਾ, ਜਾਵਾਂ ਜਾਵਾਂ। ਹਾਂ ਹਾਂ ਕਾਕਾ, ਜਾ ਕਿੱਥੇ ਜਾਣਾ ਯਾਰ? ਘਰ ਜਾਣਾ ਭਾਜੀ, ਨਾ ਹਾਲੀ ਨਾ ਜਾ ਸਰ, ਮੈਂ ਆਪਣਾ ਜਾਵਾਂ। ਐਕਸਕਿਊਜ਼ ਮੀ ਜੀ, ਓਏ ਗੰਨ ਮੈਨਾ। ਹਾਂਜੀ, ਆ ਤੇਰੀ ਭੈਣ ਦੀ ਨਾ ਚੁੰਨੀ ਵਾਲੀ ਗਰਾਰੀ ਫਰੀ ਹੋ, ਤੂੰ ਨਹੀਂ ਕਰ ਰਹੀ ਹੈ? ਮੈਂ ਉਹ ਸਾ ਨਹੀਂ ਕਰਨਾ, ਤੂੰ ਹਾਲ ਵਾਲਾ ਫੜ ਕੇ ਕੁੱਟੇਗਾ ਤੈਨੂੰ। ਉਹ ਭਾਈ, ਉਹ ਅਕਾਊਂਟ ਖੋਲ ਰਹੀ ਹੈ। ਤੂੰ ਅੰਦਰ ਯਾਰ, ਇਹ ਅਜੀਬ ਲੋਕ, ਅਜੀਬ ਕਸਮ।